டவீட்டா டிரம்பி டவீட்டா டிரம்பி ਕੱਲੀ ਕੱਲੀ ਟਵੀਟਾਂ ਚ ਪਰੋਈ ਪਈ ਆ ਵੇਖ ਡੋਨਲਡ ਟਰੰਪ ਡੋਨਲਡ ਟਰੰਪ ਹੋਈ ਪਈ ਆ ਕੀ ਬਾਤ ਰੀਟਵੀਟਾਂ ਚ ਵੀ ਹੈਗੀਆਂ ਕੋਈ ਪਰੋਈਆਂ ਰੀਟਵੀਟਾਂ ਅੱਜ ਕੱਲ ਰੀਟਵੀਟਾਂ ਜ਼ਿਆਦਾ ਪਰੋਈਆਂ ਹੋਈਆਂ ਹਾਂਜੀ ਹਾਂਜੀ ਪਰ ਜਿਹੜੀ ਜਿਸਟ ਆ ਨਾ ਜਿਹੜੀ ਜਿਹੜੀ ਕਿ ਠਾਹ ਕਰਕੇ ਜਿਹੜੀ ਕਾਲਜੇ ਵੱਜਦੀ ਆ ਕਿ ਟਵੀਟ ਉਹ ਟਵੀਟ ਹੀ ਆ ਉਹ ਡੋਨਲਡ ਟਰੰਪ ਦੀ ਜਿਹੜੀ ਅਸਲੀ ਟਵੀਟ ਅਸਲੀ ਉਹਨਾਂ ਦੀ ਆਪਣੀਆਂ ਜਿਹੜੀਆਂ ਛੋਟੀ ਛੋਟੀਆਂ ਉਂਗਲਾਂ ਨਾਲ ਲਿਖੀਆਂ ਆਲ ਕੈਪਸ ਐਕਸਕਲੇਮੇਸ਼ਨ ਮਾਰਕ ਨਾਲ ਖਤਮ ਹੋਣ ਵਾਲੀਆਂ ਅੱਜ ਗੱਲ ਇਥੋਂ ਸ਼ੁਰੂ ਕਰਦੇ ਆਂ ਬਸ ਉਹ ਬੀਤੇ ਦਿਨਾਂ ਦੇ ਵਿੱਚ ਸਪੈਸ਼ਲੀ ਕੱ ਡਰਟੀ ਕੌਪਸ ਇਹ ਲਿਖੀ ਜਾਂਦੇ ਆ 올 ਕੈਪਸ ਦੇ ਵਿੱਚ 올 ਕੈਪਸ ਦੇ ਵਿੱਚ ਇਨਕਲੂਮੇਸ਼ਨਸ ਸੋ ਇਹ ਚੱਕਰ ਕੀ ਹੋਇਆ ਕਿ ਜਿਹੜਾ ਇਹਨਾਂ ਦੀ ਇੰਪੀਚਮੈਂਟ ਨੂੰ ਲੈ ਕੇ ਤੇ ਰਸ਼ੀਅਨ ਮੈਡਲਿੰਗ ਨੂੰ ਲੈ ਕੇ ਜਿਹੜਾ ਜਿਹੜੀ ਇਨਕੁਆਇਰੀ ਚੱਲਦੀ ਪਈ ਸੀ ਜਿਹੜੀ ਜੇਮਸ ਕੋਮੀ ਵੱਲੋਂ ਜਿਸ ਦੀ ਅਗਵਾਈ ਕੀਤੀ ਜਾ ਰਹੀ ਸੀ ਉਹਦੇ ਵਿੱਚ ਮਾਈਕਲ ਫਲਿੰਨ ਜਿਹੜੇ ਐਡਵਾਈਜ਼ਰ ਰਹੇ ਡੋਨਾਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਟਰੰਪ ਦੇ ਐਡਵਾਈਜ਼ਰ ਸੀ ਜਦੋਂ ਉਹਨਾਂ ਦੀ ਪੇਸ਼ੀ ਪੈਣੀ ਸੀ ਉਹਨਾਂ ਦੀ ਇੰਟਰਵਿਊ ਉਹਨਾਂ ਦੀ ਤਫਤੀਸ਼ ਕਰਨੀ ਸੀ ਇਸ ਕਮੇਟੀ ਨੇ FBI ਨੇ ਜੇਮਸ ਗੋਮੀ ਨੇ ਤੇ ਉਹਦਾ ਇੱਕ ਮੈਮੋਰੈਂਡਮ ਇਹ ਜਿਆ ਲੀਕ ਹੋਇਆ ਜਿਹੜਾ ਕੱਲ ਮੀਡੀਆ ਦੇ ਵਿੱਚ ਆਇਆ ਉਹ ਕਹਿੰਦੇ ਵੀ ਉਹਦੇ ਵਿੱਚ ਉਹ ਇੰਟਰਵਿਊ ਇਸ ਹਿਸਾਬ ਨਾਲ ਸੈਟਅਪ ਕੀਤੀ ਜਾ ਰਹੀ ਸੀ ਕਿ ਮਾਈਕਲ ਫਲਿੰਟ ਨੂੰ ਝੂਠ ਬੁਲਵਾ ਲਿਆ ਜਾਵੇ ਤੇ ਫਿਰ ਉਹ ਝੂਠ ਉਹਦੇ ਖਿਲਾਫ ਵਰਤਿਆ ਜਾਵੇ ਸੋ ਜਦੋਂ ਡੋਨਲਡ ਟਰੰਪ ਦਾ ਇਲੈਕਸ਼ਨ ਹੋਇਆ ਸੀ ਜਦੋਂ ਉਹ ਪ੍ਰੈਜ਼ੀਡੈਂਟ ਬਣੇ ਨੇ ਜੀ ਉਹਨਾਂ ਦਿਨਾਂ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਉਸ ਇਲੈਕਸ਼ਨ ਦੇ ਵਿੱਚ ਰਸ਼ੀਆ ਨੇ ਮੈਡਲ ਕੀਤਾ ਕਿ ਰਸ਼ੀਆ ਦਾ ਵਿੱਚ ਬਹੁਤ ਜ਼ਿਆਦਾ ਇੰਟਰਫੀਰੈਂਸ ਸੀ ਸੋ ਉਹ ਜਿਹੜੀ ਸਾਰੀ ਗੱਲਬਾਤ ਚੱਲ ਰਹੀ ਸੀ ਉਸ ਦੌਰਾਨ ਜਨਵਰੀ 2017 ਦੇ ਵਿੱਚ ਮਾਈਕਲ ਫਲੈਨ ਨੂੰ ਅਪੋਇੰਟ ਕੀਤਾ ਗਿਆ ਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੀ 14 ਦਿਨਾਂ 24 ਦਿਨਾਂ ਬਾਅਦ 24 ਡੇਜ਼ ਜੀ ਫਰਵਰੀ 2017 ਦੇ ਵਿੱਚ ਟਰੰਪ ਨੇ ਮਾਈਕਲ ਫਲੈਨ ਨੂੰ ਫਾਇਰ ਕਰ ਦਿੱਤਾ ਹਾਂ ਕਹਿੰਦੇ ਕਿ ਇਹਨਾਂ ਨੇ ਮਾਈਕ ਪੈਂਸ ਜੋ ਕਿ ਵਾਈਸ ਪ੍ਰੈਜ਼ੀਡੈਂਟ ਸਨ ਜੀ ਤੇ ਐਫ ਬੀ ਆਈ ਨੂੰ ਝੂਠ ਬੋਲਿਆ ਹੈ ਹੂੰ ਕਹਿੰਦੇ ਉਹਨਾਂ ਨੇ ਤਫਤੀਸ਼ ਜਿਹੜੀ ਹੋ ਰਹੀ ਸੀ ਚੱਲ ਰਹੀ ਸੀ ਉਹਦੇ ਵਿੱਚ ਮਾਈਕਲ ਫਲੈਨ ਨੇ ਝੂਠ ਬੋਲਿਆ ਤੇ ਹੁਣ ਵਿਜੇ ਉਹਨਾਂ ਨੇ ਕੱਲ ਇੱਕ ਟਵੀਟ ਕੀਤੀ ਹੈ ਕਹਿੰਦੇ ਵਾਟ ਹੈਪਨਡ ਟੂ ਜਨਰਲ ਮਾਈਕਲ ਫਲਿਨ ਉਹਨੂੰ ਜਨਰਲ ਮਾਈਕਲ ਫਲਿਨ ਹੋ ਗਏ ਕੋਮਾ ਅ ਵਾਰ ਹੀਰੋ ਹਾਂ ਸੋ ਤੁਹਾਡਾ ਵਾਰ ਹੀਰੋ ਝੂਠ ਬੋਲਦਾ ਤੁਸੀਂ ਪਹਿਲਾਂ ਆਪ ਉਸ ਬੰਦੇ ਨੂੰ ਫਾਇਰ ਕੀਤਾ ਤੁਸੀਂ ਕਹਿ ਰਹੇ ਹੋ ਕਿ ਹੀ ਵਾਸ ਲਾਈਂਗ ਟੂ ਦਾ ਵਾਈਸ ਪ੍ਰੈਜ਼ੀਡੈਂਟ ਆਫ ਯੂ ਐਸ ਐਂਡ ਟੂ ਐਫ ਬੀ ਆਈ ਹੁਣ ਤੁਸੀਂ ਕਹਿ ਰਹੇ ਹੋ ਅ ਵਾਰ ਹੀਰੋ ਸ਼ੁੱਡ ਨੈਵਰ ਬੀ ਅਲਾਉ ਟੂ ਹੈਪਨ ਟੂ ਅ ਸਿਟੀਜ਼ਨ ਆਫ ਦਾ ਯੂਨਾਈਟਿਡ ਸਟੇਟਸ ਅਗੇਨ ਜੀ ਤੇ ਕੱਲ ਵਿਜੇ ਉਹਨਾਂ ਨੂੰ ਬਰੀਫਿੰਗ ਵੇਲੇ ਪੁੱਛਿਆ ਗਿਆ ਕਹਿੰਦੇ ਕਿ ਹੁਣ ਤੁਸੀਂ ਉਹਨਾਂ ਨੂੰ ਵਾਪਸ ਹਾਇਰ ਕਰੋਗੇ ਹਾਂ ਹੀ ਡਿਡ ਨੋਟ ਸੇ ਨੋ ਕਹਿੰਦੇ ਉਹ ਐਗਜ਼ੋਨਰੇਟ ਹੋ ਜਾਣੇ ਨੇ ਤੇ ਇਹ ਵੀ ਕਲੀਅਰਲੀ ਨਹੀਂ ਕਿਹਾ ਕਹਿੰਦੇ ਕਿ ਕਹਿੰਦੇ ਇਟਸ ਅਪ ਟੂ ਦਾ ਕੋਰਟਸ ਟੂ ਡਿਸਾਈਡ ਬਟ ਆਈ ਹੈਵ ਅ ਵੈਰੀ ਡਿਫਰੈਂਟ ਐਂਡ ਅ ਵੈਰੀ ਸਪੈਸ਼ਲ ਕਾਈਂਡ ਆਫ ਪਾਵਰ ਦੱਸਿਆ ਨਹੀਂ ਐਡਜੈਕਟਿਵ ਦੋ ਤਿੰਨ ਲਗਾ ਕੇ ਆਪਣੀ ਪਾਵਰ ਅ ਵੈਰੀ ਡਿਫਰੈਂਟ ਕਾਈਂਡ ਆਫ ਪਾਵਰ ਦੱਸਿਆ ਨਹੀਂ ਕਿ ਉਹਨਾਂ ਨੂੰ ਵਾਪਸ ਹਾਇਰ ਕਰਨਗੇ ਕਿ ਨਹੀਂ ਬਟ ਹੀ ਕੈਪਟ ਦਟ ਵਿੰਡੋ ਆਫ ਪੋਸਿਬਿਲਟੀ ਓਪਨ ਜੀ ਅੱਛਾ ਹੁਣ ਇੱਕ ਤੇ ਇਹ ਗੱਲ ਰਹੀ ਦੂਜੀ ਗੱਲ ਕੱਲ ਮਿਸ਼ੀਗਨ ਦੇ ਵਿੱਚ ਇੱਕ ਬੜੀ ਅਜੀਬ ਗੱਲ ਇਹ ਹੋ ਮਿਸ਼ੀਗਨ ਦੇ ਜਿਹੜੇ ਗਵਰਨਰ ਨੇ ਉਹ ਡੈਮੋਕ੍ਰੈਟਿਕ ਨੇ ਗ੍ਰੈਚਨ ਵਿਟਮਰ ਗ੍ਰੈਚਨ ਵਿਟਮਰ ਨੇ ਉੱਥੇ ਜਿਹੜਾ ਲਾਕਡਾਊਨ ਲੱਗਿਆ ਹੋਇਆ ਰੈਸਟ੍ਰਿਕਸ਼ਨਸ ਨੇ ਉਹਨਾਂ ਨੂੰ ਐਕਸਟੈਂਡ ਕਰਨ ਬਾਰੇ ਕੱਲ ਮਤਾ ਪਾਸ ਕਰ ਦਿੱਤਾ ਅੱਛਾ ਜਿਹੜੇ ਉੱਥੇ ਹੁਣ ਜਿਹੜੇ ਰਿਪਬਲਿਕਨ ਲੈਡ ਮਿਸ਼ੀਗਨ ਲੈਜਿਸਲੇਚਰ ਦੇ ਇੱਕ ਵਿਅਕਤੀ ਨੇ ਉਹ ਉਹਨਾਂ ਨੇ ਕਿਆ ਸੀ ਕਹਿੰਦੇ ਕਿ ਮੈਂ ਇਹਦੇ ਖਿਲਾਫ ਮੈਂ ਨਹੀਂ ਚਾਹੁੰਦਾ ਕਿ ਲਾਕਡਾਊਨ ਐਕਸਟੈਂਡ ਹੋਵੇ ਹੁਣ ਉੱਥੇ ਬਹੁਤ ਸਾਰੇ ਲੋਕ ਬੰਦੂਕਾਂ ਲੈ ਕੇ ਕੈਪੀਟਲ ਹਾਊਸ ਦੇ ਵਿੱਚ ਪਹੁੰਚ ਗਏ ਉਹ ਕਹਿੰਦੇ ਕਿ ਜੀਆ ਲਾਕਡਾਊਨ ਹੈ ਰੈਸਟ੍ਰਿਕਸ਼ਨਸ ਆ ਇਹਨੂੰ ਹਟਾਇਆ ਜਾਵੇ ਤੇ ਡੋਨਲਡ ਟਰੰਪ ਨੇ ਅੱਜ ਉਹਨਾਂ ਪ੍ਰੋਟੈਸਟਰਸ ਦੇ ਸਮਰਥਨ ਦੇ ਵਿੱਚ ਟਵੀਟ ਕਰ ਦਿੱਤੀ ਆ ਉਹ ਕਹਿੰਦੇ ਕਿ ਦਾ ਗਵਰਨਰ ਆਫ ਮਿਸ਼ੀਗਨ ਸ਼ੁੱਡ ਗਿਵ ਅ ਲਿੱਟਲ ਐਂਡ ਪੁੱਟ ਆਊਟ ਦ ਫਾਇਰ ਵੀ ਥੋੜੀ ਜੀ ਮੰਨ ਲਓ ਉਹਨਾਂ ਦੀ ਗੱਲ ਤੇ ਜਿਹੜੀ ਇਹ ਅੱਗ ਲੱਗੀ ਉਹਨੂੰ ਬੁਝਾਓ ਥੀਸ ਆਰ ਵੈਰੀ ਗੁੱਡ ਪੀਪਲ ਬਟ ਦੇ ਆਰ ਐਂਗਰੀ ਦੇ ਵਾਂਟ ਥੇਅਰ ਲਾਈਵਸ ਬੈਕ ਅਗੇਨ ਸੇਫਲੀ ਐਕਸਕਲੇਮੇਸ਼ਨ ਮਾਰਕ ਸੀ ਥੈਮ ਟਾਕ ਟੂ ਥੈਮ ਮੇਕ ਅ ਡੀਲ ਹੁਣ ਜਿਹੜਾ ਬੰਦਾ ਗਵਰਨਮੈਂਟ ਹਾਊਸ ਕੈਪੀਟਲ ਹਾਊਸ ਦੇ ਵਿੱਚ ਬੰਦੂਕਾਂ ਲੈ ਕੇ ਜਿਹੜਾ ਗਰੁੱਪ ਪਹੁੰਚ ਗਿਆ ਉਹਨਾਂ ਦੇ ਵਿੱਚ ਕਈਆਂ ਕੋਲ ਸੌਲਟ ਰਾਈਫਲਸ ਨੇ ਤੇ ਉਹ ਉਹਨਾਂ ਨੂੰ ਗੁੱਡ ਪੀਪਲ ਕਹਿ ਰਿਹਾ ਪ੍ਰੈਜ਼ੀਡੈਂਟ ਆਫ ਦ ਕੰਟਰੀ ਗਿਵ them a little like ਕਦੀ ਜਾਨ ਦੇ ਦਿਓ ਉਹਨਾਂ ਨੂੰ ਸਟੂਪਿਡ ਤੇ ਵਿਜੇ ਹੁਣ ਤੁਸੀਂ ਦੇਖੋ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਡਰਟੀ ਕਾਪ ਦੀ ਹਮ ਕਿ ਮਾਈਕਲ ਫਲਿੰਨ ਉਹਨਾਂ ਨੇ ਕਿਹਾ ਉਹਨਾਂ ਨੂੰ ਫਾਇਰ ਕਰਤਾ ਫਰਵਰੀ ਦੇ ਵਿੱਚ ਫਰਵਰੀ 2017 ਦੇ ਵਿੱਚ ਕਹਿ ਕੇ ਕਿ ਇਹਨਾਂ ਨੇ ਝੂਠ ਬੋਲਿਆ ਕਿ ਨੂੰ FBI ਨੂੰ ਤੇ ਵਾਈਸ ਪ੍ਰੈਜ਼ੀਡੈਂਟ ਨੂੰ FBI ਦੇ ਡਾਇਰੈਕਟਰ ਕੌਣ ਸਨ ਜੇਮਸ ਕੋ ਜੇਮਸ ਕੋਮੀ ਜਿਨ੍ਹਾਂ ਨੂੰ ਬਾਅਦ ਵਿੱਚ ਮਈ 2017 ਦੇ ਵਿੱਚ 트ੰਪ ਨੇ ਆਪ ਫੇਰ ਫਾਇਰ ਕਰਤਾ ਸੋ ਜਿਹਦੇ ਖਿਲਾਫ ਕਾਰਵਾਈ ਹੋ ਰਹੀ ਸੀ ਉਹਨੂੰ ਵੀ ਫਾਇਰ ਕਰਤਾ ਜਿਹੜਾ ਜਿਹਦੇ ਜੋ ਕਰ ਰਿਹਾ ਸੀ ਕਾਰਵਾਈ ਉਹਨੂੰ ਵੀ ਫਾਇਰ ਕਰਤਾ ਤੇ ਹੁਣ ਜਿਹੜੇ ਡਾਕੂਮੈਂਟਸ ਸਾਹਮਣੇ ਆਏ ਨੇ ਜਿਹੜੇ ਕੋਰਟਸ ਨੇ ਜਿਹੜਾ ਮੈਮੋਰੈਂਡਮ ਜਿਹੜਾ ਸੀਗਾ ਮੈਮੋ ਜਿਹੜਾ ਜਾਰੀ ਕਰ ਦਿੱਤਾ ਉਹਦੇ ਵਿੱਚ ਲਿਖਿਆ ਗਿਆ ਕਿ FBI ਨੇ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਨੋਟਸ ਹੈਂਡ ਰਿਟਰਨ ਨੋਟਸ ਹੈਗੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਸ ਸਲਾਹ ਕੀਤੀ ਕਹਿੰਦੇ ਯਾਰ ਮਾਈਕਲ ਫਲਮ ਦੀ ਚੱਲ ਰਹੀ ਸੀ ਕੀ ਕਹਿੰਦੇ ਉਹਨੂੰ ਤਫਤੀਸ਼ ਚੱਲ ਰਹੀ ਸੀ ਇਨਟਰੋਗੇਸ਼ਨ ਇਨਟਰੋਗੇਸ਼ਨ ਚੱਲ ਰਹੀ ਸੀ ਤੇ ਉਹਨਾਂ ਨੂੰ ਉਹਨਾਂ ਨੇ ਆਪਸ ਦੇ ਵਿੱਚ ਦੇ ਵਰ ਡਿਸਕਸਿੰਗ ਕਹਿੰਦੇ ਯਾਰ ਇਸ ਬੰਦੇ ਕੋਲੋਂ ਸੱਚ ਨਿਕਲਵਾਈਏ ਕਿ ਇਹਦੇ ਕੋਲੋਂ ਝੂਠ ਬਲਵਾ ਲਈਏ ਕਿ ਸਾਡਾ ਮੋਟਿਵ ਕੀ ਹੈ ਕਿ ਜੇ ਇਹਨੇ ਝੂਠ ਬੋਲਿਆ ਇਹ ਫਾਇਰ ਹੋ ਜਾਊਗਾ ਸਾਡੇ ਕੋਲ ਅਪਰੂਫ ਹੈਗਾ ਦੈਨ ਵੀ ਵਿਲ ਕਨਫਰੰਟ ਹਿਮ ਵਿਤੂ ਆਹ ਕਹਿਣਾ ਸੱਚ ਤੇ ਇਹ ਆ ਐਗਜੈਕਟਲੀ ਤੇ ਫਿਰ ਇਹਨੂੰ ਅਸੀਂ ਕਾਰਨਰ ਕਰ ਲਾਂਗੇ ਤੇ ਹੁਣ ਉਸ ਚੀਜ਼ ਨੂੰ ਲੈ ਕੇ ਡੋਨਲਡ ਟਰੰਪ ਕਹਿ ਰਹੇ ਨੇ ਕਿ ਜੇਮਸ ਕੌਮੀ ਇਜ਼ ਅ ਡਰਟੀ ਕਾਪ ਕਹਿੰਦੇ ਡਰਟੀ ਕਾਪ ਜੇਮਸ ਕੌਮੀ ਗਾਟ ਕਾਟ ਹਾਂ ਇਹਨਾਂ ਨੇ ਸਵੇਰੇ 5:11 ਮਿੰਟ ਤੇ ਇਹ ਸਾਰੀਆਂ ਟਵੀਟ ਸਵੇਰੇ ਸਵੇਰੇ ਕਰਦੇ ਨੇ अर्ਲੀ ਮਾਰਨਿੰਗ ਹਾਂ ਇਹ ਸਾਡਾ ਸਮਾਂ 5:11 ਹਾਂ ਹਾਂ ਉਹਨਾਂ ਦੇ ਤਾਂ ਮਤਲਬ ਉਥੇ 8:00 April 30th April 30th ਕੱਲ ਕੱਲ ਦੀ ਗੱਲ ਹੈ ਜੀ ਡਰਟੀ ਕਾਪ ਜੇਮਸ ਕਾਮੀ ਗਾਟ ਕਾਟ ਸੋ ਇਹ ਤਾਂ ਗੱਲ ਹੋ ਗਈ ਜੇਮਸ ਕਾਮੀ ਦੀ ਤੇ ਮਾਈਕਲ ਫਲਿੰਨ ਦੀ ਤੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਦੱਸਿਆ ਕਿ ਜਿਹੜੇ ਮਿਸ਼ੀਗਨ ਦੇ ਬਾਰੇ ਵੀ ਗੱਲ ਕੀਤੀ ਹੈ ਇੱਕ ਵਜੇ ਮੀਡੀਆ ਇਨਾਂ ਦੇ ਸੈਂਟਰ ਆਫ ਅਟਰੈਕਸ਼ਨ ਬਣਿਆ ਰਿਹਾ ਫॉर ਡੋਨਲਡ 트ਰੰਪ ਐਮਐਸਨ ਐਨਬੀਸੀ ਦੇ ਜਿਹੜੇ ਹੈਗੇ ਨੇ ਜੋਸ ਕਾਰਪਰੋ ਜਿਨ੍ਹਾਂ ਨੂੰ ਉਹ ਕਹਿੰਦੇ ਰਹਿੰਦੇ ਆ ਲਾਈਨ ਜੋ ਤੇ ਪਤਾ ਨਹੀਂ ਕਿਹੜਾ ਡਰਟੀ ਜੋ ਪਤਾ ਨਹੀਂ ਕੀ ਕੁਝ ਕਹਿੰਦੇ ਰਹਿੰਦੇ ਆ ਜੋ ਸਾਈਕੋ ਹਾਂ ਸਾਈਕੋ ਜੋ ਉਹ ਇਹਨਾਂ ਨੇ ਹੁਣ ਉਹ ਵੀ ਦੱਸਦਾ ਮੈਂ ਫਿਰ ਸੀਐਨਐਮ ਦੇ ਡੌਨ ਲੈਮਨ ਹਾਂ ਤੇ ਐਨਵੀਸੀ ਦੇ ਬ੍ਰਾਇਨ ਵਿਲੀਅਮਸ ਤਿੰਨਾਂ ਨੂੰ ਇੱਕੋ ਟਵੀਟ ਦੇ ਵਿੱਚ ਨਾ ਨਿਪਟਾਤਾ ਜੀ ਸੋ ਟਵੀਟ ਸ਼ੁਰੂ ਹੋਈ ਲਾਈਨ ਬ੍ਰਾਇਨ ਵਿਲੀਅਮਸ ਦੇ ਨਾਲ ਝੂਠ ਬੋਲਣਾ ਉਹਨਾਂ ਨੇ ਪਾਸਟਰ ਵੀ ਪਾ ਕੇ ਲਾਈਨ ਹਾਂ ਸੋ ਰਾਈਮ ਕੀਤਾ ਉਹਨਾਂ ਨੇ ਆਪਣਾ ਲਾਈਨ ਬ੍ਰਾਇਨ ਹਾਂ ਸੋ ਆਈ ਮਸਟ ਐਡਮਿਟ ਥੈਟ ਲਾਈਨ ਬ੍ਰਾਇਨ ਵਿਲੀਅਮਸ ਇਜ਼ ਵਾਇਲ ਟੰਬਰ ਦੈਨ ਹੈਲ ਦੈਮਰ ਦੈਨ ਹੈਲ ਕੁਆਇਟ ਅ ਬਿਟ ਸਮਾਰਟਰ ਦੈਨ ਫੇਕ ਨਿਊਜ਼

ਅਨਦਰ ਆਫ ਲੋ ਆਈਕਿਊ ਇੰਡੀਵਿਜੂਅਲਸ ਸੋ ਤਿੰਨਾਂ ਨੂੰ ਤਿੰਨੋਂ ਨੈਟਵਰਕਸ ਨੂੰ ਉਹਨਾਂ ਨੇ ਇੱਕੋ ਹੀ ਟਵੀਟ ਦੇ ਵਿੱਚ ਇੱਕੋ ਟਵੀਟ ਦੇ ਵਿੱਚ ਸਾਰੇ ਲਬੇਟ ਤੇ ਅੱਛਾ ਇੱਕ ਹੁਣ ਕੱਲ ਹੋਰ ਬਿਆਨ ਦਿੱਤਾ ਟਰੰਪ ਨੇ ਉਹ ਕਹਿੰਦਾ ਜਿਹੜਾ ਇਹ ਕੋਵਿਡ 19 ਦਾ ਵਾਇਰਸ ਆ ਕਹਿੰਦਾ ਮੈਨੂੰ ਪਤਾ ਇਹ ਜਿਹੜੀ ਵੂਹਾਨ ਦੀ ਲੈਬ ਆ ਉੱਥੇ ਬਣਾਇਆ ਗਿਆ ਇਹ ਜਾਨਵਰਾਂ ਤੋਂ ਨਹੀਂ ਫੈਲਿਆ ਇਹ ਗੱਲ ਜਿਹੜੀ ਯੂਐਸ ਦੀ ਇੰਟੈਲੀਜੈਂਸ ਆ ਉਹਦੇ ਵਿਰੋਧ ਚ ਜਾਂਦੀ ਆ ਤੇ ਜਦੋਂ ਇਸ ਗੱਲ ਬਾਰੇ ਟਰੰਪ ਨੂੰ ਪੁੱਛਿਆ ਗਿਆ ਵੀ ਕੋਈ ਪ੍ਰੂਫ ਹੈ ਕਹਿੰਦਾ ਹੈਗਾ ਪਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਲੇ ਕਹਿੰਦਾ ਯੂਐਸ ਇਸ ਨਾਉ ਫਾਈਂਡਿੰਗ ਹਾਊ ਇਟ ਕੇਮ ਆਊਟ ਪੁੱਛਿਆ ਵੀ ਡੂ ਯੂ ਹੈਵ ਐਨੀ ਪ੍ਰੂਫ ਯੈਸ ਕਹਿੰਦਾ ਯੈਸ ਆਈ ਹੈ ਕਹਿੰਦਾ ਕੀ ਹੈ ਕਹਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਆਈ ਏਮ ਨਾਟ ਸੁਪੋਜ਼ ਟੂ ਟੈਲ ਯੂ ਤੇ ਇਟਸ ਅ ਟੈਰਿਬਲ ਥਿੰਗ ਥੈਟ ਹੈਪਨਡ ਇਹਨਾਂ ਨੇ ਬਰੀਫਿੰਗ ਦੌਰਾਨ ਕਿਹਾ ਇਟ ਰੀਚ ਨਹੀਂ ਲਿਖਿਆ ਤੇ ਵੀ ਵਰ ਐਕਸਪੈਕਟਿੰਗ ਕਿ ਸਪਿਰਟ ਟਵੀਟ ਆਊਗੀ ਕੋਈ ਪਰ ਟਵੀਟ ਆਈ ਨਹੀਂ ਉਹਦੀ ਐਂਟੀਸਿਪੇਸ਼ਨ ਦੇ ਵਿੱਚ ਅਸੀਂ ਟਵੀਟਾ ਟਰੰਪ ਦੀਆਂ ਬਹੁਤ ਸਜਾ ਕੇ ਰੱਖਿਆ ਹੋਇਆ ਸੀ ਕਿ ਇਹ ਬੰਪਰ ਚਲਾਵਾਂਗੇ ਅੱਜ ਚਾਈਨਾ ਬਾਰੇ ਟਵੀਟ ਕਰਨਗੇ ਪਰ ਹੀ ਡੈਂਟ ਮੈਂ ਲੱਗਾ ਉਹ ਫੋਨ ਖੋਲਿਆ ਹੋਣਾ ਅੱਜ ਫੇਰ ਮੈਨੂੰ ਵੀ ਇਹ ਲੱਗਦਾ ਸੋ ਬਰੀਫਿੰਗ ਗੱਲ ਕੀਤੀ ਹੈ ਜਹੀ ਇਹਨਾਂ ਨੇ ਕਹਿੰਦੇ ਇਟਸ ਅ ਟੈਰੀਬਲ ਥਿੰਗ ਦੈਟ ਹੈਪਨਡ ਵੈਦਰ ਦੇ ਮੇਡ ਅ ਮਿਸਟੇਕ ਔਰ ਵੈਦਰ ਇਟ ਸਟਾਰਟਡ ਆਫ ਐਜ਼ ਅ ਮਿਸਟੇਕ ਐਂਡ ਦੈਨ ਦੇ ਮੇਡ ਅਨਦਰ ਵਨ ਔਰ ਡਿਡ ਸਮਬਡੀ ਔਰ ਸਮਵਨ ਡਿਡ ਸਮਥਿੰਗ ਔਨ ਪਰਪਸ ਹਾਂ ਹਾਂ Even <laughs> I lost track. Somebody <laughs> or someone did something on purpose. They they that, look, there intelligence agencies. They clearly said, with the wide scientific consensus, that the COVID-19 virus was not man-made or genetically modified. ਪਰ ਹੁਣ ਤੋਂ ਬਾਅਦ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਪ੍ਰੈਜ਼ੀਡੈਂਟ ਆਪਣੀ ਇੰਟੈਲੀਜੈਂਸ ਏਜੰਸੀ ਦੇ ਵਿਰੋਧ ਦੇ ਵਿੱਚ ਉਹਨਾਂ ਤੋਂ ਬਿਲਕੁਲ ਉਲਟ ਗੱਲ ਕਰ ਰਿਹਾ ਅੱਛਾ ਇੰਟੈਲੀਜੈਂਸ ਏਜੰਸੀ ਨਾਲ 트੍ਰੰਪ ਦੀ ਵੈਸੇ ਵੀ ਨਹੀਂ ਬਣਦੀ ਇੰਟੈਲੀਜੈਂਸ ਏਜੰਸੀ ਦੇ ਜਿਹੜੇ ਕੁਝ ਨੁਮਾਇੰਦੇ ਨੇ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਰਵਾਇਤੀ ਤੌਰ ਤੇ ਇੰਟੈਲੀਜੈਂਸ ਏਜੰਸੀ ਦਾ ਕੰਮ ਕੀ ਹੁੰਦਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਤੁਸੀਂ ਫੈਕਟਸ ਦੇ ਦੇਣੇ ਨੇ ਜਿਹੜੀ ਉਹਨਾਂ ਦੀਆਂ ਫਾਈਂਡਿੰਗਸ ਨੇ ਉਹ ਦੱਸ ਦੇਣੀਆਂ ਜਿਹੜੀ ਪਾਲਿਸੀ ਆ ਫਰਦਰ ਕੀ ਆ ਉਹ ਪ੍ਰੈਜ਼ੀਡੈਂਟ ਦੀ ਰਹਿਨਮਾਈ ਦੇ ਹੇਠ ਬਣਦੀ ਆ ਹਾਂ ਕਹਿੰਦਾ ਡੋਨਲਡ 트럼ਪ ਤੇ ਕਹਿੰਦਾ ਹੀ ਸਿੱਧੀ ਪਾਲਿਸੀ ਦੀ ਗੱਲ ਦੱਸੇ ਮੈਨੂੰ ਇੰਟੈਲੀਜੈਂਸ ਵਾਲੇ ਵੀ ਕੀ ਕਰਨਾ ਹਾਂ ਕਹਿੰਦੇ ਇਨਫੋਰਮੇਸ਼ਨ ਨਾ ਦਿਓ ਮੈਨੂੰ ਟਾਕਿੰਗ ਪੁਆਇੰਂਟਸ ਦਿਓ ਕਿ ਮੈਨੂੰ ਇਨਫੋਰਮੇਸ਼ਨ ਪ੍ਰੋਸੈਸ ਕਰਨੀ ਪੈਣੀ ਆ ਕਿ ਮੈਂ ਕਿਉਂ ਆਪਣੇ ਕਾਫਸ ਜਿਹੜੇ ਮੇਰੇ 버ਗਰਜ਼ ਵਾਲੇ ਹੈਗੇ ਆ ਮੈਂ ਕਿਉਂ ਉਹਨਾਂ ਨੂੰ ਕੰਜ਼ਿਊਮ ਕਰਾਂ ਹਾਂ ਮੈਨੂੰ ਸਿੱਧੀ ਗੱਲ ਦੱਸੋ ਕਿ ਮੈਨੂੰ ਉਹ ਦਿਓ ਸਨਸਨੀ ਕੇ ਸੋ ਬ੍ਰੇਕਿੰਗ ਨਿਊਜ਼ ਸੋ ਇਹ ਗੱਲਾਂ ਬਾਤਾਂ ਟਰੰਪ ਦੇ ਵੱਲੋਂ ਹੋ ਰਹੀਆਂ ਨੇ ਕੁਝ ਟਵੀਟਾਂ ਦੇ ਰਾਹੀਂ ਤੇ ਕੁਝ ਬਿਆਨਾਂ ਦੇ ਰਾਹੀਂ ਫੌਕਸ ਨਿਊਜ਼ ਦੇ ਖਿਲਾਫ ਵੀ ਵਜੇ ਹੁਣ ਬੋਲ ਰਹੇ ਨੇ ਇਮੇਜਿਨ ਡੋਨਲਡ ਟਰੰਪ ਸਪੀਕਿੰਗ ਅਗੇਂਸਟ ਫੌਕਸ ਤੇ ਕਿਉਂਕਿ ਉਹ ਹੁਣ ਕੀ ਹੋਇਆ ਕਿ ਫਾਕਸ ਨਿਊਜ਼ ਦੇ ਕੋਲ ਇੱਕ ਐਡਵਰਟਾਈਜ਼ਮੈਂਟ ਦਾ ਪੈਕੇਜ ਆ ਗਿਆ which has been sponsored by democrats ਤੇ ਉਹ ਉਸ ਗੱਲ ਤੋਂ ਨਾਰਾਜ਼ ਨੇ ਹੀ knows ਕਿ ਸੀਰੀਜ਼ ਆਫ ਐਡਸ ਹੁਣ ਚੱਲੀਆਂ ਫਾਕਸ ਨਿਊਜ਼ ਤੇ ਵੀ ਇਹ ਤਾਂ ਕਹਿੰਦੇ ਆਪਣਾ ਮੇਰੇ ਆਪਣਾ ਹੋਮ ਚੈਨਲ ਸੀਗਾ ਮੇਰਾ ਉਹ ਆਪਣੇ ਕੈਂਪੇਨ ਮੈਨੇਜਰ ਦੇ ਖਿਲਾਫ ਵੀ ਵਜੇ ਕੋਈ ਨਿਊਜ਼ ਆ ਰਹੀਆਂ ਸੀ ਐਨ ਐਨ ਨੇ ਰਿਪੋਰਟ ਕੀਤਾ ਕਿ ਬ੍ਰੈਡ ਪਾਲਸਕਲ ਉਹਨਾਂ ਦੇ ਜਿਹੜੇ ਕੈਂਪੇਨ ਮੈਨੇਜਰ ਨੇ ਕਹਿੰਦੇ ਉਹਦੇ ਨਾਲ ਵੀ ਖੁਸ਼ ਨਹੀਂ ਹੈਗੇ ਹੁਣ ਤੋ ਪਤਾ ਨਹੀਂ ਡੋਨਲਡ 트੍ਰੰਪ ਕਿਹਦੇ ਨਾਲ ਖੁਸ਼ ਨੇ ਤੇ ਕਿਹੜੇ ਰੰਗਾਂ ਚ ਖੁਸ਼ ਨੇ ਮੇਰੇ ਖਿਆਲ ਸਾਡੀ ਟਵੀਟ ਜਿੰਗਲ ਤੋਂ ਖੁਸ਼ ਜ਼ਰੂਰ ਹੋਣਗੇ ਯੈਸ ਤੇ ਮੈਨੂੰ ਕਈ ਵੀ ਵਿਜੇ ਇਦਾਂ ਲੱਗਿਆ ਜਦੋਂ ਆਪਾਂ ਲਾਸਟ ਵੀਕ ਇਹ ਚਲਾਇਆ ਟਵੀਟਾਂ 트੍ਰੰਪ ਦੀਆਂ ਉਸ ਤੋਂ ਬਾਅਦ 2-3 ਦਿਨ ਸਾਇਲੈਂਟ ਹੋ ਗਏ ਮਗਰ ਗੱਲ ਸ਼ਹਿਰ ਵਾਸ਼ਿੰਗਟਨ ਡੀਸੀ ਤੱਕ ਪਹੁੰਚ ਗਈ ਆ ਵੀ ਰਹਿਣ ਤੇ ਤੁਹਾਡੀ ਗੱਲਾਂ ਸਾਰੀ ਚ ਹੋ ਰਹੀਆਂ ਨੇ